ਬਿਸਮਿਲ੍ਲਾ ਬਿਸਮਿਲ੍ਲਾ ਯਾਦ ਵੀ ਮੇਰਿਆ ਮਾਲਕਾ, ਸਾਡੀਆਂ ਟਿੱਕੀਆਂ ਪੁੱਤ ਬੜੀਆਂ ਮਸ਼ਹੂਰ ਆ, ਤੈਨੂੰ ਇਸ ਗੱਲ ਦਾ ਪਤਾ? ਅੱਛਾ, ਜਿਹੜਾ ਦੇ ਕੇ ਆਉਂਦਾ ਉਹਨੂੰ ਨੀ ਪਤਾ? ਮੈਂ ਤਾਂ ਕੰਮ ਕਰਦਾ ਨਾਲ, ਮੈਨੂੰ ਨੀ ਪਤਾ ਲੱਗਣਾ? ਮੈਂ ਤਾਂ ਸਾਧਕ ਨੂੰ ਵੀ ਜਾਣਦਾ। ਉਹ ਪੁੱਤ ਤੇਰੇ ਹੱਥੋਂ ਲੈਂਦਾ ਕੌਣ? ਆਹ ਤਾਂ ਮੇਰਾ ਕਰਕੇ ਲੋਕ ਤੇਰੀ ਇੱਜ਼ਤ ਕਰਦੇ ਆ, ਤੇ ਤੇਰਾ ਮੂੰਹ ਨੀ ਇਸ ਕਾਬਲ। ਆ ਦੇਖੋ ਟਿੱਕੀ ਭਾਰੀ ਨੂੰ ਹੱਥ ਲਾ ਦਿੰਦਾ, ਅਗਲੇ ਕਹਿੰਦੇ ਤੇਰੀ ਜਲਦਾ ਭੱਜ। ਸਾਜ ਟਿੱਕੀ ਭਾਰੀ ਤਾਂ ਨਹੀਂ? ਓਏ ਛੋਟੀ ਕਰ, ਥੋੜੀ ਜਿਹੀ ਘੱਟ ਕਰ। ਇਹ ਸਾਧਕ ਦੀਆਂ ਟਿੱਕੀਆਂ ਮੁਹਤ ਜਾਣੀ ਇੰਨੀ ਪਤਲੀ ਟਿੱਕੀ ਸੋਹਣਿਆ। ਇਹ ਸਾਧਕ ਨਾ ਮਾਮੂਲੀ ਬੰਦਾ ਨੀ ਹੈਗਾ, ਇਹਦਾ ਟੇਸਟ ਚੈੱਕ ਕਰੇਗਾ ਨਾ ਤੂੰ, ਤੇਰੇ ਚੌਰਾ ਤਬ ਗ੍ਰੋਸ਼ ਹੋ ਰਹੇ ਨੇ। ਜਾਨੂ ਹੱਥ ਮਾਰੋ, 50 ਰੁਪਏ ਦੀ ਟਿੱਕੀ ਦੇ ਪੈਸੇ ਲੈਣ ਡੇ ਤੁਸੀਂ, ਤੇ ਰੁਪਈਏ ਵਾਲੀ ਟਿੱਕੀ ਬਣਾਉਣ ਡੇ, ਮਾਲ ਤਾਂ ਲਾਓ ਪੂਰਾ। ਰੁਪਈਏ ਦਾ ਇਹਦੇ ਵਿੱਚ ਲਸਣ, ਪਿਆਜ਼, ਅਦਰਕ, ਬੇਟੇ, ਇਹਦੇ ਵਿੱਚ ਦਾਲ, ਇਹਦੇ ਵਿੱਚ ਮਿਹਨਤ, ਓਏ ਐਵੇਂ ਬਣ ਜਾਂਦੀ ਟਿੱਕੀ? 50 ਰੁਪਈਆ ਕੀ ਆ ਸਾਜੀ, ਇੱਕ ਆਂਡੇ 'ਚ 10 ਟਿੱਕੀਆਂ ਤੜ ਲੈਂਦੇ ਆ ਤੁਸੀਂ। ਮੈਨੂੰ ਇਹ ਦੱਸ ਪੁੱਤੇ, ਤੂੰ ਮੇਰਾ ਸ਼ਾਗਿਰਦ ਆ, ਤੂੰ ਮੇਰਾ ਕੰਮ ਬੰਦ ਕਰਾਉਣਾ ਹੈ ਕਿ ਉੱਚਾ ਕਰਨਾ ਹੈ? ਨਹੀਂ, ਕੰਮ ਭਾਵੇਂ ਟਿੱਕੀਆਂ ਦਾ ਹੀ ਆ, ਇਮਾਨਦਾਰੀ ਆਪਣੀ ਜਗ੍ਹਾ। ਇਮਾਨਦਾਰੀ ਦੇਖੋ ਨਾ, ਮਿੱਠੇ ਆਲੂ ਪਾਏ ਤੁਸੀਂ ਵਿੱਚ, ਇਹਨਾਂ ਨੇ ਮੈਂ ਆਲੂਆਂ ਦੇ ਕਿਹੜਾ ਕੈਚਪ ਪਾਤਾ, ਤੇ ਮਿੱਠੇ ਆਲੂ ਹੋ ਗਏ। ਜਿਹੜੇ ਸਹੀ ਆਲੂ ਉਹ ਪਾਓ, ਜਿਹੜੇ 200 ਰੁਪਏ ਕਿਲੋ ਆ। ਕੋਟੀਆਂ ਲਾਈਆਂ ਨਾਲ ਬੋਲਦਾ ਨਾ, ਤੇਰੀ ਬਹੁਤ ਬੁਰੀ ਸ਼ਕਲ ਲੱਗਦੀ ਮੈਨੂੰ, ਬਹੁਤ ਬੁਰੀ ਸ਼ਕਲ ਲੱਗ। ਚੁੱਪ ਕਰਕੇ ਖਲੋ ਜਾ ਪੁੱਤ, ਚੁੱਪ ਕਰਕੇ ਕਰ ਤੋ ਖਲੋਵਾ, ਸ਼ੁਕਰ ਕਰੋ ਸਿਆਣਿਆਂ ਦਾ। ਹਾਂਜੀ ਭਾਜੀ, ਕਿੰਨੀ ਦੇ ਕੇ ਭਾਜੀ? ਸਰ ਸਾਧਕ ਸਾਹਿਬ ਤੁਹਾਡਾ ਇਹੋ ਹੀ? ਹਾਂਜੀ ਸਾਧਕ ਸਾਹਿਬ ਮੇਰੇ। ਯਾਰ ਸਾਧਕ ਸਾਹਿਬ ਤੁਹਾਡਾ ਕੀ ਵੇਖਣਾ ਚਾਹੁੰਦੀਆਂ ਇੱਥੋਂ? ਕਿਆ ਭਾਵੇਂ ਸਾਧਕ ਟਿੱਕੀਆਂ ਵਾਲਾ ਇਹੀ ਆ? ਹਾਂ ਉਹ ਵੀ ਭਾਵੇਂ ਪੁੱਛਣਾ, ਸਾਧਕ ਟਿੱਕੀਆਂ ਸਾਹਿਬ ਦਾ ਤੁਹਾਡਾ ਮੇਰੇ ਵਾਲਕ ਸਾਹਿਬ ਸਾਹਿਬ। ਹਾਂ ਜੀ, ਤੁਸੀਂ ਕੀ ਕਿੰਨੀਆਂ ਟਿੱਕੀਆਂ ਲੈਣੀਆਂ? ਮੈਂ ਸਰ ਜੀ ਆਇਆ ਵਾਂ ਬਾਹਰੋਂ। ਬਾਹਰੋਂ ਬਾਹਰ ਤੋਂ ਮਿਲੋ? ਹਾਂਜੀ। ਅੱਛਾ, ਮੈਂ ਇੱਕ ਤਾਂ YouTube ਤੋਂ ਤੁਹਾਡੀ ਵੀਡੀਓ ਬੜੀਆਂ ਵੇਖੀਆਂ। ਬੜੀ ਮਿਹਰਬਾਨੀ ਜਨਾਬ। ਦੂਸਰਾ, ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਕਿ ਜੀ ਇੱਥੋਂ ਦਾ ਟੇਸਟ ਜਿਹੜਾ ਨਾ, ਹਾਂ, ਉਹ ਕਿਸੇ ਹੋਰ ਦਾ ਨਹੀਂ ਹੈਗਾ। ਆਹ ਤਾਂ ਸਾਡੇ ਮੂੰਹ ਦੀ ਗੱਲ ਕੀਤੀ ਤੂੰ, ਸਾਨੂੰ ਨਾ ਪੁੱਛ, ਅੱਤਰਦੇ ਵਰਦੇ ਬੰਦਿਆਂ ਨੂੰ ਪੁੱਛ ਜਾ ਕੇ। ਲੇਕਿਨ ਉਹਨਾਂ ਬੰਦਿਆਂ ਨੂੰ ਪਤਾ ਕਿ ਮਾਲ ਇਸ ਵਾਰ ਤਿਆਰ ਹੋ ਰਿਹਾ? ਕੀ ਮਤਲਬ ਤੁਹਾਡਾ? ਉਹ ਭਾਜੀ ਮੁੰਡਾ ਪਤਾ ਅੱਜ ਦਾ, ਇਹ ਐਡਾ ਕੁ ਸੀ ਇਹ ਜਦੋਂ ਅਸੀਂ ਰੱਖਿਆ ਜਦੋਂ? ਹਾਂਜੀ, ਆਹ ਦੇਖ ਲੈ ਕੈਟਾਗਰੀ ਇਹਦੀ, ਇੰਜ ਕਰਕੇ ਪੇੜਾ ਬਣਾਉਂਦਾ ਇੰਜ ਇੰਜ। ਇਹ ਭਾਜੀ ਸਪਿਨਰ ਟਿੱਕੀਆਂ ਵਾਲਾ, ਤੇਰੇ ਗੁਗਲੀ ਮਾਰ ਦਿੱਤੀ ਉਹਨੇ। ਕੀ ਕਹਤਾ ਤੈਨੂੰ ਭਾਜੀ? ਤੁਸੀਂ ਹੁਕਮ ਕਰੋ, ਤੁਸੀਂ ਨੁਕਸਾਨ। ਸਰ ਮੈਂ ਤੇ ਯਕੀਨ ਕਰੋ ਤੁਹਾਡਾ ਇਹਨਾਂ ਨਾਮ ਸੁਣਿਆ, ਇਹ ਟਿੱਕੀ ਕਿਹੜੀ ਹੈ? ਇਹ ਭਾਜੀ ਆਲੂ ਵਾਲੀ। ਅੱਛਾ 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 ਅੱਛਾ, ਹਾਂਜੀ। ਪਤਾ ਕੀ ਗੱਲ ਆ ਸਾਡੀ? ਬੋਲੋ ਜੀ, ਬੋਲੋ ਜੀ। ਇਹ ਇਹ ਜਿਹੜੀ ਜਿਹੜੀ ਭਾਜੀ, ਇਹ ਭਾਜੀ ਇਹ ਵੀ ਕੀਮੇ ਵਾਲੀ ਆ, ਚਿਕਨ ਚਿਕਨ ਕੀਮਾ। ਮੈਂ ਨਾ ਕੱਚੀਆਂ ਨੇ ਹਲੇ, ਉਦੋਂ ਵੀ ਕੁਛ ਵੀ ਕੱਚੀਆਂ ਹੀ ਕਰਨਡੇ ਹੋ ਭਾਜੀ। ਭਾਈ ਕੌਣ ਆ ਤੂੰ ਭਾਈ? ਆਪਣਾ ਦਾਰ ਸਗਰਾ। ਸਰ ਮੈਂ ਬਾਹਰੋਂ ਆਇਆ ਵਾਂ, ਮੈਨੂੰ ਮੋਟੂ ਭਾਈ। ਬਾਹਰੋਂ ਆਇਆ ਤੂੰ? ਬਾਹਰ ਲਾਵਾਂ, ਬਾਹਰੋਂ ਆਇਆ ਕਿਹੜੇ ਮੁਲਕੋਂ ਆਇਆ? ਅੱਛਾ, ਇਹ ਟਿੱਕੀ ਕਿਹਨੇ ਦੀ ਭਾਜੀ? ਇਹ ਟਿੱਕੀ ਭਾਜੀ 50 ਰੁਪਏ ਦੀ, ਆਹ 30 ਰੁਪਏ ਦੀ। ਇਹ 30 ਰੁਪਏ ਦੀ ਭਾਜੀ? ਇਹ ਲਈ? ਹਾਂਜੀ ਹਾਂਜੀ ਭਾਜੀ। ਅੰਦਰ ਕੋਈ ਮਸ਼ੀਨ ਹੈ ਤੁਹਾਡੇ? ਐਂ ਕਰਕੇ ਕੈਚ ਕਰਕੇ ਅੰਦਰ ਰੱਖਦੀ ਹੈ, ਉਹ ਤੋਂ ਰੁੱਲਾ ਫਿਰਦਾ। ਤੇ ਕੀ ਗੱਲ ਕੀ ਹੈ, ਦੋ ਟਿੱਕ ਤਿੰਨ ਟਿੱਕੀਆਂ ਬਹੁਤ ਹੁੰਦੀਆਂ ਬੰਦੇ ਲਈ। ਲੇਕਿਨ ਇੱਕ ਗੱਲ ਹੈ ਭਾਜੀ, ਟੇਸਟ ਬਹੁਤ ਅੱਛਾ। ਉਹ ਭਾਜੀ ਟੇਸਟ ਤਾਂ ਹਲੇ ਸਿਆਣੇ ਨਹੀਂ ਹੈ। ਉਹ ਭਾਈ ਹੈ ਸਿਆਣੇ, ਦੁਕਾਨ ਤੇ ਨਹੀਂ ਆਏ ਹਲੇ। ਕੀ ਹੋ ਗਿਆ ਤੈਨੂੰ ਨਸ਼ਾ?
ਅੱਛਾ ਇਹ ਕਿੰਨੇ ਤੁਸੀਂ ਟਿੱਕੀ ਦੱਸੀ ਹੈ? 30 ਰੁਪਏ ਦੀ। ਹਾਂਜੀ 30 ਰੁਪਏ ਦੀ ਟਿੱਕੀ ਹੈ ਤੇ ਭਾਜੀ 120 ਰੁਪਏ ਦੀ ਟਿੱਕੀ ਹੋ ਗਈ ਆ ਇਹ। ਬਹੁਤ ਜੇ ਦੇਖੋ ਬਹੁਤ ਟਿੱਕੀਆਂ ਜਿਹੜੀਆਂ ਨਾਲੇ ਸੁੱਟੀ ਜਾਂਦਾ ਅੰਦਰ ਹਾਂ ਐਡਾ ਪੈਪ ਲੱਗਾ ਭਾਜੀ ਇੱਕ ਉਹਦਾ ਬਣਾ ਕੇ ਦਿਓ ਤਾਂ ਅਸੀਂ ਨਾ ਜਾ ਮਾਸ਼ਾਅੱਲਾ ਔਰ ਔਰ ਭਾਜੀ ਬਣੀਆਂ ਹੀ ਖਾਧੀਆਂ ਤੁਸੀਂ ਰੋਲ ਬਣਾ ਦੇ ਮੁੰਡਿਆ ਲੇਕਿਨ ਨਹੀਂ ਮੈਂ ਵੇਖਿਆ ਭਾਜੀ ਤੁਹਾਡੀ ਟਿੱਕੀ ਦਾ ਇੱਕ ਸੱਕ ਹੈ ਭਾਜੀ ਦੱਸੋ ਬਾਕੀ ਕਿਸੇ ਪਾਸੇ ਤਾਂ ਨਹੀਂ ਭਾਜੀ ਹਾਣੀ ਆ ਲੈਣੀ ਭਾਜੀ ਭਾਜੀ ਪਾਸ ਆ ਦਿੰਦੇ ਟਿੱਕੀਆਂ ਤਾਂ ਚੰਗੀਆਂ ਵਾ ਔਲਾਦ ਤਾਂ ਗੰਦੀ ਆ ਓ ਯਾਰ ਨਹੀਂ ਸਾਰੇ ਚੰਗੇ ਨੇ ਮੈਂ ਪਾਸ ਆ ਦੇ ਸਾਨੂੰ ਆ ਵੀਡੀਓ ਚ ਵੇਖਿਆ ਵਾ ਨਹੀਂ ਯਾਰ ਨਹੀਂ ਬਾ ਹੈ ਬਸ ਗੱਲ ਹੈ ਭਾਜੀ ਗੱਲ ਮੋਟਰ ਤੇ ਬਣ ਰਿਹਾ ਮਾਲ ਜਾ ਰਿਹਾ ਤੁਸੀਂ ਆਪਣੇ ਕੱਪੜੇ ਖਰਾਬ ਕੀਤੇ ਕੱਪੜੇ ਕਾਹਦੇ ਤਰਪਾਲ ਖਰਾਬ ਹੋ ਗਈ ਅਸੀਂ ਮਾਜ਼ਰਤ ਚਾਹੁੰਦੇ ਹਾਂ ਅਸੀਂ ਇੱਕ ਬੰਦੇ ਲਈ ਸਾਰੀਆਂ ਟਿੱਕੀਆਂ ਨਹੀਂ ਬਣਾਈਆਂ ਅਸੀਂ ਹੋਰਾਂ ਨੂੰ ਦੇਣੀਆਂ ਇੱਕ ਗੱਲ ਹੈ ਭਾਜੀ ਬਹੁਤ ਜ਼ੈਕਾ ਭਾਜੀ ਉਹ ਭਾਜੀ ਜ਼ੈਕੇ ਤੇ ਸਿਰ ਕੇ ਤੇ ਭਾਜੀ ਸਾਡੀਆਂ ਟਿੱਕੀਆਂ ਅਮਰੀਕਾ ਇੰਗਲੈਂਡ ਕੈਨੇਡਾ ਯੂਰਪ ਚ ਉਹ ਟਰੰਪ ਨੇ ਇੱਕ ਦਿਨ ਟਿੱਕੀਆਂ ਮੰਗਾ ਲਈਆਂ ਤੇ ਟਰੰਪ ਨੇ ਅੱਛਾ ਹਾਂਜੀ ਇਹ ਕੀ ਸੀ ਜੀ ਚਟਣੀ ਭਾਜੀ ਬਹੁਤ ਅੱਛੀ ਬਣਾਈ ਉੱਤੇ ਚ ਸਾਰਿਆਂ ਨੂੰ ਦੇਣੀ ਹੈ ਚਟਣੀ ਭਾਜੀ ਥੋੜੀ ਹੋਰ ਟਰਾਈ ਕਰੋ ਇਹ ਦੇ ਮੈਨੂੰ ਵੀ ਆਮ ਜਿਹਾ ਨਹੀਂ ਲੱਗ ਰਿਹਾ ਨਹੀਂ ਇੱਥੋਂ ਨਹੀਂ ਮੰਗਾਉਂਦੇ ਅਸੀਂ ਅੱਛਾ ਸਕਰਦੂ ਤੋਂ ਸਕਰਦੂ ਤੋਂ ਕਿਉਂ ਭਾਜੀ ਉੱਤੇ ਠੰਡ ਜ਼ਿਆਦਾ ਜਲਦੀ ਜੰਮ ਜਾਂਦਾ ਆਂਦਿਆਂ ਮੈਲਟ ਨਹੀਂ ਹੋ ਜਾਂਦਾ ਕੁਛ ਨਹੀਂ ਜਹਾਜ਼ 'ਚ ਠੱਕ ਕਰਕੇ ਇੱਥੇ ਤੁਹਾਨੂੰ ਜਹਾਜ਼ ਫੜਾ ਜਾਂਦਾ ਅਤੇ ਜਹਾਜ਼ 'ਤੇ ਕੀ ਜਾਂਦਾ ਬੜੀ ਗੱਲ ਹੈ ਵੈਸੇ ਬੜੀ ਗੱਲ ਭਾਜੀ ਇੱਕ ਹੋਰ ਕਰਾਂ ਇੱਕ ਮਿੰਟ ਸੁਣ ਲਾ ਭਾਜੀ ਤੁਹਾਨੂੰ ਦਹੀਂ ਵਾਲਾ ਪੰਪ ਲਵਾ ਦੇਈਏ ਇੰਨੀ ਵਾਰੀ ਨਹੀਂ ਹੁੰਦਾ ਵੀਰੇ ਇੱਕ ਵਾਰੀ ਭਾਜੀ ਆਖਰੀ ਵਾਰੀ ਭਾਜੀ ਸਿਰ ਤੇ ਯਾਰ ਸਿਰ ਤੇ ਸਦਕਾ ਵੀ ਦੇਣਾ ਹੀ ਆ ਦੇ ਪੁੱਤ ਤੇ ਮਿਹਰਬਾਨੀ ਸੇ ਪਲੇਟ ਫੜਾ ਦੇ ਤੇਰਾ ਕੋਈ ਪਤਾ ਨਹੀਂ ਉਹ ਵੀ ਅੰਦਰ ਸਿੱਧੀ ਗਟਰ ਤੇ ਅੰਦਰ ਓਏ ਹੋਏ ਹੋਏ ਆ ਚੀਜ਼ ਕੌਲੀ ਦਹੀਂ ਦੀ ਤੁਸੀਂ ਐਂਜੀ ਪੀ ਰਹੇ ਨਾ ਪੈਣਾ ਦਾ ਉਹਦਾ ਸ਼ਰਬਤ ਪੀਣਾ ਬੱਚਾ ਭਾਜੀ ਗੱਲ ਦੱਸੋ ਗੱਲ ਕੋਈ ਨਹੀਂ ਮੈਂ ਦੱਸਣੀ ਕਿਉਂ ਭਾਈ ਤੁਸੀਂ ਥੱਥੇ ਹੋ ਭਾਈ ਜਿਹੜੇ ਕੰਮ ਆਇਓ ਕੰਮ ਕਰੋ ਅੱਗੇ ਤੁਹਾਡੇ 5 ਟਿੱਕੀਆਂ ਹੋ ਗਈਆਂ 6 ਭਾਜੀ ਕੀ ਹੋ ਗਿਆ ਤੁਹਾਨੂੰ ਹਾਂ 8 ਟਿੱਕੀਆਂ ਆਹ ਨਾਲ ਇੱਕ ਰੋਲ ਇੱਕ ਕੀਮੇ ਵਾਲੀ 9 ਟਿੱਕੀਆਂ ਇੱਕ ਰੋਲ ਅੱਛਾ ਤੁਸੀਂ 버ਗਰ ਵੀ ਲਾਉਂਦੇ ਭਾਜੀ ਹਾਂਜੀ ਭਾਜੀ ਅਸੀਂ 버ਗਰ ਵੀ ਲਾਉਂਦੇ ਆ ਉਹ ਵੀ ਲਾ ਕੇ ਦਿਓ ਭਾਜੀ ਇੱਕ ਦੋਰਾ ਭਾਜੀ ਅੰਦਰ ਤੁਹਾਡੇ ਪਰੌਣੇ ਆਏ ਕੀ ਗੱਲ ਕੀ ਆ ਇੰਨਾ ਦੇ ਅੰਦਰ ਸੁੱਟੀ ਜਾਂਦੇ ਯਾਰ ਪਰੌਣੇ ਵਾਲੀ ਕਿਹੜੀ ਗੱਲ ਕੀ ਆ ਭਾ ਅੱਛਾ ਗੱਲ ਦੱਸੋ ਭਾਜੀ ਕੀ ਨਾਮ ਹੈ ਤੁਹਾਡਾ ਪੱਕੀ ਔਰ ਨਹੀਂ ਭਾਜੀ ਸਹੀ ਸੀ ਨਾਮ ਦੱਸੋ ਭਾਜੀ ਮੇਰਾ ਨਾਮ ਇਮਲੀ ਹੈਗਾ ਅੱਛਾ ਇਮਲੀ ਸਾਹਿਬ ਕਿੰਨੇ ਸਾਲ ਹੋ ਗਏ ਨੇ ਕੰਮ ਕਰਦੇ ਆ ਭਾਜੀ ਮੈਂ ਉਸਤਾਦ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਹੈਗਾ ਛੋਟਾ ਜਿਹਾ ਸੀ ਏਡਾ ਤਾਂ ਬਣ ਕੁੱਤਾ ਹੁੰਦਾ ਜੀ ਕੋਈ ਨੂੰ ਇਨਸਾਨ ਸਮਝਣ ਦੇ ਲੋ ਸਾਜੀ ਸਹੀ ਦੱਸੋ ਓਏ ਬੱਚਾ ਪਾਲਿਆ ਬੱਚਾ ਲੈ ਕੇ ਪਾਲਿਆ ਉਹਦੀ ਸਾਧਕ ਦੀ ਸੇਵਾ ਕੀਤੀ ਮੈਂ ਇਹਨੇ ਤਾਂ ਸਾਧਕ ਨੂੰ ਕੁਝ ਵੀ ਨਹੀਂ ਸਮਝੇ ਹੁਣ ਤਾਂ ਗੋਟੇ ਕਿੱਟੇ ਦਰਦ ਕਰਨ ਲੱਗੇ ਆ ਇਹ ਦੁਕਾਨ ਤੇ ਖੜੇ ਹੋਣ ਲੱਗ ਪਿਆ ਭਾਗ ਤਾਂ ਸਾਧਕ ਦੇ ਲੱਗੇ ਆ ਇਹ ਤਾਂ ਜਾੜ ਬੈਠੇ ਸੀ ਸਾਰਾ ਕੁਝ ਹੀ ਵੈਸੇ ਮੈਨੂੰ ਵੀ ਕਿਸੇ ਨੇ ਉਹੀ ਕਿਹਾ ਸੀ ਕਿ ਯਾਰ ਉੱਥੇ ਜਾਣਾ ਤਾਂ ਪਾ ਸਾਧਕ ਸਾਹਿਬ ਆਪ ਹੋਣਗੇ ਉਹਨਾਂ ਦਾ ਥੋੜੀ ਕੀ ਖਾਣੀ ਭਾਜੀ ਪਤਾ ਕੀ ਹਾਲਾ ਜੀ ਢਿੱਲੇ ਮੱਠੇ ਰਹਿੰਦੇ ਤਾਂ ਕਰਕੇ ਨਹੀਂ ਆਇਆ ਆ ਮਸਾਲਾ ਉਹਨਾਂ ਦੇ ਇੱਥੋਂ ਬਣਿਆ ਹੋਇਆ ਲਓ ਜੀ ਤੁਹਾਡੇ ਹਾਲ ਭਾਜੀ 30 ਟਿੱਕੀਆਂ 35 ਰੋਲ ਹੁਣ 30 ਟਿੱਕੀਆਂ ਇੱਕ ਰੋਲ 9 ਪਲੇਟਾਂ ਰਾਤੇ ਦੀਆਂ
ਤੇ ਹੁਣ ਦੱਸੋ ਤੁਸੀਂ ਕੀ ਚਾਹੁੰਦੇ ਹੋ ਯਾਰ? ਪਹਿਲੇ ਤੂੰ ਖੇਡ ਲੈ, ਹੱਥਾਂ ਦੀ ਸਾਰੀ ਮੈਲ ਤੂੰ ਟਿੱਕਿਆਂ ਤੇ ਚੜਨ ਦੇ ਆ। ਮੈਂ ਚੁੱਪ ਕਰਕੇ ਬੈਠਾ ਵਾ, ਤੁਹਾਨੂੰ ਮੈਂ ਕੁਛ ਕਹਿ ਨਹੀਂ ਰਿਹਾ। ਤੁਸੀਂ ਕਰੇ, ਉਹ ਮੁੰਡਾ ਵੇਖੋ ਕਿੱਡਾ ਅੱਛਾ ਪੈਕਿੰਗ ਕਰਦਾ, ਕਿੱਡਾ ਅੱਛਾ ਤੇ ਸਮਾਨ ਕਰਦਾ। ਸਾਡਾ ਹੀ ਮੁੰਡਾ ਹੈ, ਤੂੰ ਨਾਲ ਲੈ ਗਿਆ ਇਹਨੂੰ? ਹੈ ਨਾਲ ਤਾਂ ਨਹੀਂ ਲੈ ਗਿਆ, ਲੇਕਿਨ ਉਹਨੂੰ ਤਾਂ ਪਤਾ ਤਾਂ ਹੈਗਾ ਨਾ ਤਮੀਜ਼ ਨਾਲ ਕਿਸ ਤਰ੍ਹਾਂ ਸਮਾਨ ਬਣਾਉਣਾ ਕਿਸ ਤਰ੍ਹਾਂ ਨਹੀਂ। ਬਾਈ ਜਾਨ ਐਦਾਂ ਤੁਸੀਂ ਬਰਗਰ ਲਾਓ, ਤੁਹਾਡੀ ਮਿਹਰਬਾਨੀ। ਬਰਗਰ ਲਾ ਕੇ ਦੇ ਯਾਰ, ਇੱਥੋਂ ਪਤਾ ਤੈਨੂੰ ਕਿਹੜੇ ਕਿਹੜੇ ਬੰਦੇ ਆ ਕੇ ਟਿੱਕੀ ਖਾਂਦੇ ਆ? ਕਿਹੜੇ ਕਿਹੜੇ? ਸ਼ਾਨ, ਸ਼ਾਨ ਫਿਲਮ ਸਟਾਰ, ਹਾਂਜੀ ਇੱਬੇ ਗੁਜਰਾਲਾ, ਹਾਂਜੀ ਸ਼ਾਨ, ਸਹਿਮਾ ਰਾਣਾ, ਸਹਿਮਾ। ਉਹਨਾਂ ਨੂੰ ਪਤਾ ਕਿ ਟਿੱਕੀਆਂ ਇਹ ਬਣਾਉਣ ਡਿਆ? ਅਸੀਂ ਪਾਗਲ ਆ, ਪਾਗਲ ਆ। ਆ ਤੂੰ ਫੜਿਆ ਤੁਹਾਨੂੰ, ਕਹਿੰਦੇ ਅਸੀਂ ਕਿਹੜਾ ਪਤਾ ਲੱਗਣ ਦਿੰਦੇ ਆ? ਉਹ ਇੱਥੇ ਬੈਠੋ ਕਰਤਵ ਚ ਕਰੀ ਜਾਂਦੇ ਉਹਦੇ, ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਭਾਜੀ ਉਹਦਾ ਕਸੂਰ ਨਹੀਂ ਹੈਗਾ। ਸਾਰੀ ਜ਼ਿੰਦਗੀ ਜੰਡਾਂ ਲੁੱਟੀਆਂ ਉਹਨੇ, ਕੀ ਪਤਾ ਤੇ ਕਿਵੇਂ? ਤੁਹਾਨੂੰ ਕਿਵੇਂ ਪਤਾ ਉਹਨੇ ਜੰਡਾਂ ਨੇ? ਤੁਸੀਂ ਵਾਜੀਆਂ ਲਿਓ, ਵਾਜ ਸਾਡੇ ਨਾਲ ਹੋ ਗਏ ਨਾ ਲੁੱਟੀਆਂ ਨੂੰ। ਭਾਈ ਮੇਰੀ ਗੱਲ ਸੁਣ ਲਾ, ਤੇਰੀ ਹੁਣ ਬਣਾ ਦੇ ਯਾਰ ਇਹਨੂੰ। ਸ਼ੁਕਰ ਕਰੋ ਖਾਨ ਸਾਹਿਬ, ਇੱਥੋਂ ਬੜੇ ਬੜੇ ਖਾਨ ਸਾਹਿਬ ਗੁਰੂਕਾਰ ਰਹਿਤਾ ਪੀ ਜਾਂਦੇ, ਰਹਿਤਾ ਰਹਿਤਾ ਐ ਗਲਾ ਫਰੈਸ਼ ਕਿ ਇਹ ਰਹਿਤਾ ਪੀ ਨਾਲ ਉਹਨੇ ਗਲੇ ਖੋਲ ਕੇ ਨਾ। ਉਹ ਭਾਈ ਜਾਨ ਮੈਨੂੰ ਤਾਂ ਇੰਨਾ ਤੇ ਮੈਨੂੰ ਵੀ ਸਮਝ ਹੈਗੀ ਹੈ ਕਿ ਜਿਹੜੇ ਗਾਣਾ ਗਾਣ ਵਾਲੇ ਉਹ ਤਲੀਆਂ ਹੋਈਆਂ ਸ਼ਾਵਾਂ ਤੇ ਖਾਂਦੇ ਨਹੀਂ ਹੈਗੇ। ਬੇਟਾ ਮੈਂ ਪਿਛਲੀ ਪੀੜੀ ਵੇਖਿਆ, ਉਹਨਾਂ ਦਾ ਬੇਟਾ ਇਹ ਤੁਹਾਡਾ ਛੋਟਾ ਭਰਾ ਵਾ, ਉਹਦੇ ਏਡਾ ਅੱਛਾ ਇਨਸਾਨ ਭਾਜੀ, ਉਹਦੇ ਸਿਰ ਤੇ ਕੰਮ ਚੱਲਣਾ ਹੈ ਤਾਂ ਜੂਆ ਖੇਡਦਾ ਵਾ। ਉਹ ਤੇਰੀ ਬੜੀ ਨਾ ਬਹੁਤ ਬੁਰੀ ਬੇਟੇ ਤੇਰੀ ਸ਼ਕਲ ਆ, ਤੇ ਤੂੰ ਮੈਨੂੰ ਨਾ ਮੇਰੇ ਤੋਂ ਚੰਡਾ ਖਾਣ। ਯਾਰ ਇੰਜ ਤਾਂ ਨਹੀਂ, ਮੇਰੀ ਮੇਰੀ ਗੱਲ ਸੁਣੋ, ਕੀ ਨਾਮ ਤੁਹਾਡਾ? ਐਮਜੀ ਸਾਹਿਬ ਇੰਜ ਨਹੀਂ ਕਹੀਦਾ ਹੁੰਦਾ, ਮੈਂ ਆਇਆ ਪਹਿਲੀ ਵਾਰੀ ਆ, ਲੇਕਿਨ ਠੀਕ ਹੈ ਕਰੋ ਬਚਾਰੇ ਆਏ ਤੁਸੀਂ ਪਹਿਲੀ ਵਾਰੀ ਟਿੱਕੀ ਨੂੰ ਹੱਥ ਇਦਾਂ ਲਾਉਣ ਦੇ ਜਾਂ ਚੌਥੀ ਦਫਾ ਵੀ ਇੱਥੋਂ ਤੁਸੀਂ ਖਾ ਕੇ ਗਏ ਆ, ਥੋੜੀ ਸਪੀਡ ਹਲਕੀ ਕਰੋ ਜ਼ਰਾ। ਸਪੀਡ ਹਲਕੀ ਦੀ ਕਿਹੜੀ ਗੱਲ ਹੈ ਭਾਈ? ਮਾਫੀ ਦੇਵੇ, ਗਰੋਲ ਇੰਜ ਖਾਦਾ ਇਹਨੇ, ਇਹਦੇ ਅੰਦਰ ਮੈਦਾ ਤਾਂ ਨਹੀਂਗਾ, ਟਰੰਕ ਆ, ਟਰੰਕ ਇੰਜ ਕਰਕੇ ਚੁੱਕਦਾ ਵਿੱਚ ਰੱਖਦਾ। ਉਹ ਵੇਖੋ ਜਦੋਂ ਕੰਮ ਦਾ ਅਹਿਸਾਸ ਚੁੱਪ ਕੇ ਕੰਮ ਕਰਨ ਲੱਗਾ ਹੋਇਆ। ਹਾਂਜੀ ਚੁੱਪ ਕਰਕੇ ਕਰਨਾ ਹੋਰ। ਅੱਛਾ ਇਹ ਦੱਸੋ ਕਿ ਕਿੰਨੇ ਸਾਲ ਹੋ ਗਏ ਇੱਥੇ ਕੰਮ ਕਰਦੇ ਆ? ਸਾਨੂੰ ਤਾਂ ਭਾਜੀ ਸਾਡੇ ਸਾਹਿਬ ਤਾਂ ਸ਼ੁਰੂ ਤੋਂ ਹੀ ਆ ਜੀ, ਹੁਣ ਖਜਲ ਇਹ ਹੋਣ ਲੱਗੇ ਆ। ਆਹੋ ਉਹ ਵਾਲਾ ਸਾਹਿਬ ਤਾਂ ਸ਼ੁਰੂ ਤੋਂ ਹੀ ਸਾਡੇ ਤੇ ਆ, ਉਹਨਾਂ ਦੇ ਨਾਲ ਹੁੰਦਾ ਸੀ ਮੈਂ, ਇਹ ਹੁਣ ਜੇ ਆਇਆ ਦੋ ਤਿੰਨ ਬਾਜ਼ੀਆਂ ਹਾਰ ਕੇ। ਬਾਜ਼ੀ ਕਬੂਤਰ ਉਡਾਉਂਦਾ ਭਾਈ? ਉਹ ਭਾਜੀ ਜੂਏ ਦੀ ਬਾਜ਼ੀ ਹਾਰ ਗਿਆ ਦੋ ਤਿੰਨ ਵਾਰੀ, ਇੱਦਾਂ ਕਿਤੇ ਉੱਥੇ ਸਾਡੇ ਕੋਲ ਬੰਦੇ ਆਏ ਆ ਕਹਿੰਦੇ ਜੀ ਤੁਹਾਡਾ ਪੁੱਤਰ ਯੱਕਾ ਬੇਗੀ ਸਾਰਾ ਕੁਛ ਹੀ ਹਾਰ ਗਿਆ, ਸਾਨੂੰ ਟਿੱਕੀਆਂ ਦਿਓ। ਮੈਂ ਸਮਾਨ ਪਹੁੰਚਾਉਂਦਾ, ਮੈਨੂੰ ਤਾਂ ਪਤਾ ਵਾ ਭਾਜੀ, ਹੋਰ ਗੇਮ ਵੀ ਮੈਂ ਕਰਦਾ। ਅਰੇ ਚ ਕੁੱਤੇ ਦੀ ਲੜਾਈ ਵੀ ਕਰਾਉਂਦਾ। ਹਾਂਜੀ ਰਿਚ ਮੈਂ ਛੱਡਿਆ ਨਾ ਕੁੱਤਾ ਨਾਲ ਲੈ। ਭਾਈ ਇਸ ਤਰ੍ਹਾਂ ਨਹੀਂ ਕਹੀਦਾ ਹੁੰਦਾ ਕਿਸੇ ਨੂੰ, ਅਗਲੇ ਦੀ ਇੱਜ਼ਤ ਹੈਗੀ ਯਾਰ। ਤੇ ਮੇਰੀ ਕੋਈ ਇੱਜ਼ਤ ਨਹੀਂ ਭਾਜੀ? ਤੁਹਾਡੀ ਇੱਜ਼ਤ ਸਾਰਿਕ ਸਾਹਿਬ ਦੇ ਹੁੰਦੇ ਆ, ਅਸੀਂ ਹੁਣ ਤਾਂ ਨਹੀਂ ਹੈਗੀ। ਉਹ ਸਾਰਿਕ ਸਾਹਿਬ ਇੱਥੇ ਹੀ ਆ, ਸਾਰਿਕ ਸਾਹਿਬ ਕਿਤੇ ਚੱਲ ਗਏ ਨਹੀਂ? ਇਹ ਸਾਰੀਆਂ ਹਰਕਤਾਂ ਮੈਂ ਦੱਸਣੀਆਂ ਉਹਨਾਂ ਨੂੰ ਜਾ ਕੇ ਘਰ ਜੋ ਹਿਸਾਬ ਕਰਨਾ। ਯਾਰ ਤੂੰ ਕੋਈ ਮੰਨਤ ਮੰਨੀ ਹੈ ਤਾਂ ਮੈਂ ਹਾਏ, ਤੂੰ ਉਦੋਂ ਆਈ ਹੈ ਜੀ ਕਰਕੇ ਲੱਗਾ ਬਸ ਵੀ ਕਰਦੇ ਯਾਰ। ਸਰ ਤੁਹਾਡੇ ਤੋਸੇ ਦਾ ਬੰਦੋਬਸਤ ਕਰਨ ਡਏ ਤੋਸਾ, ਇਹ ਬਣਨੀ ਹੈ ਤੇ ਤੁਸੀਂ ਡੱਫਣੀ ਆ ਜਨਾਬ, ਤੋਸੇ ਦਾ ਬੰਦੋਬਸਤ ਕਰਨ ਡਏ ਯਾਰ। ਸੁਣ ਭਾਈ ਯਾਰ, ਵੈਸੇ ਵੇਖੋ ਕਿੰਨਾ ਸੌਫਟ ਹੋ, ਕਿੰਨਾ ਮਜ਼ੇਦਾਰ ਹੈ ਭਾਜੀ। ਨਰਮ ਨਰਮ ਤਾਲਾ ਡਬਲ ਰੋਟੀ ਹੋ ਗਿਆ ਹੀ, ਗਰੀਬ ਦਾ ਬਾਲ ਹੋ ਗਿਆ ਹੀ, ਡਬਲ ਰੋਟੀ ਭਾਜੀ, ਤਾਲਾ ਡਬਲ ਰੋਟੀ ਦਾ ਭਾਜੀ। ਕੀ ਅੰਦਰ ਵੜ ਕੇ ਦੇਖਦੀ ਮੈਂ ਜਾਣਾ ਕਿੱਧਰ ਆ ਕਰਦਾ ਭਾਜੀ, ਓਏ ਕਸਟਮਰ ਵਾਹ ਹੋ ਗਿਆ। ਆਹ ਬੱਲੇ 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 ਭਾਈ, ਤਾਂ ਨਹਿਰ ਤੇ ਰਾਤਾ ਬਣਾ ਦਈਏ ਨਹਿਰ ਤੇ, ਆਹ ਉੱਥੇ ਜਾ ਕੇ ਡੀਕ ਲਾਵਾਂ। ਗੱਲਾਂ ਦੀਆਂ ਗੱਲਾਂ ਭਾਈ, ਬੱਚੇ ਨੇ ਬਹੁਤ ਅੱਛਾ ਬਰਗਰ ਬਣਾਇਆ, ਸਦਕੇ ਜਾ। ਇਹਦੀ ਸੁੰਡ ਚ ਪਾਣੀ ਪਾ ਮੁੰਡਿਆ, ਇੱਕ ਤੇ ਰੱਜੇ। ਮੈਂ ਤੁਹਾਡੀ ਇੱਜ਼ਤ ਕਰ ਰਿਹਾ ਸਿਰਫ ਸਾਦਕ ਸਾਹਿਬ ਦੀ ਵਜ੍ਹਾ ਤੋਂ।
ਤੇ ਕਰੀ ਜਾਈ ਤਾਂ ਤੈਨੂੰ ਕਿਸੇ ਰੋਕਿਆ ਟਿੱਕੀਆਂ ਨੂੰ ਕੀਤਾ ਜਾਂਦਾ ਵਾ ਯਾਰ ਐ ਖਲੋਤਾ ਸੀ ਕਰਤੱਵ ਕਰਨ ਡਿਆ ਟਿੱਕੀਆਂ ਬਣਾਉਣ ਡਿਆ ਉਹ ਭਾਈ ਤਵੇ ਦਾ ਕੰਮ ਕਰਨ ਡਿਆ ਤੁਸੀਂ ਵੀ ਅੰਬ ਚੁੱਪਣ ਖਲੋਤੇ ਹੋ ਭਾਜੀ ਅੰਬ ਨੀ ਜੂਏ ਦਾ ਪਲੇਅਰ ਆ ਅੱਛੇ ਮੈਂ ਜੂਆ ਤੇਰੇ ਮੂੰਹ ਤੇ ਮਾਰ ਦਿੱਤਾ ਚਵਲਾ ਜੇ ਆ ਚੱਲ ਮੁੜਿਆ ਲੇਕਿਨ ਭਾਜੀ ਕਿਆ ਬਾਤ ਸਰ ਭਾਜੀ ਅੰਦਰ ਤਾਂ ਤੁਹਾਡੇ ਚੀਜ਼ ਜਦੋਂ ਮੇਧਾ ਤੁਹਾਡਾ ਇੱਥੇ ਕਹਿ ਰਿਹਾ ਹੋਣਾ ਉਹ ਆਈ ਕੁਛ ਹੈ ਬੁਰਕੀ ਪਤਾ ਨੱਕ ਫੜ ਕੇ ਛਾਲ ਮਾਰਦੀ ਹੈ ਲਵੇ ਹੁਣ ਦੂਰ ਹੀ ਮੰਜ਼ਿਲ ਤੇ ਚੱਲੇ ਚਵਲਾ ਉਹ ਚਵਲਾ ਤਵੀਨ ਦਾ ਨਾਲ ਆ ਸਾਦਿਕ 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 ਚਾਚਾ ਜੀ ਕਿਹਾ ਕੁੱਤੇ ਆ ਕਿਸੇ ਥਾਂ ਦਿਆ ਉਹਨਾਂ ਨੂੰ ਚਾਚਾ ਜੀ ਉਦੋਂ ਕਹਿਣਾ ਜਦੋਂ ਉਹਨਾਂ ਨੇ ਮੈਨੂੰ ਆਪਣੀ ਦੁਕਾਨ ਬਣਾ ਦਿੱਤੀ ਆਪਣੀ ਗੰਦੀ ਲਾਰ ਨੂੰ ਖੜਾ ਕੀਤਾ ਉਹਨਾਂ ਨੇ ਬੜੀ ਗੱਲ ਆ ਵੀ ਤੁਹਾਨੂੰ ਦੁਕਾਨ ਕਾਹਦੇ ਲਈ ਬਣਾ ਲਈ ਚਾਚੂ ਸਾਦਿਕ ਦੇ ਨਾਲ ਮੈਂ ਸ਼ੁਰੂ ਤੋਂ ਬਚਪਨ ਤੋਂ ਰੇੜੀ ਧੂ ਕੇ ਮੈਂ ਲਿਆਉਣਾ ਆਂਡੇ ਮੈਂ ਲਿਆਉਣਾ ਮਸਾਲਾ ਮੈਂ ਲਿਆਉਣਾ ਟਿੱਕੀਆਂ ਮੈਂ ਲਿਆਉਣਾ ਗੋਸ਼ਤ ਮੈਂ ਲਿਆਉਣਾ ਸਾਰਾ ਕੁਛ ਤਾਂ ਮੈਂ ਲਿਆਉਣਾ ਬਾਹਰੋਂ ਆਇਆ ਬਰਗਰ ਬਹੁਤ ਅੱਛਾ ਵੇ ਕਦੀ ਉਹਨਾਂ ਨੂੰ ਵੀ ਟਰਾਈ ਕਰਾਓ ਹੈਗਲ ਕਰਨ ਲਈ ਹੋਇਆ ਕੋਈ ਯਾਰ ਤੁਸੀਂ ਅਹਿਸਾਸ ਨਾ ਕਰੋ ਤੇ ਰਹਿਣ ਦਿਓ ਕਿਉਂਕਿ ਤੁਹਾਡਾ ਮੇਧਾ ਨੀ ਇਜਾਜ਼ਤ ਦਿੰਦਾ ਅਹਿਸਾਸ ਕਰਨ ਨੂੰ ਕਿਉਂ ਜੀ ਰੋਟੀ ਖਾਧੀ ਹੋਵੇ ਰੋਟੀ ਖਾਣ ਤੋਂ ਹੱਥ ਪੂੰਝਿਆ ਹੋਵੇ ਸਾਫੀ ਸਮਝ ਕੇ ਅਗਲੇ ਇਹਨੂੰ ਹੱਥ ਲਾ ਕੇ ਧੋਂਦੇ ਆ ਤੇ ਹੱਥ ਗੰਦੇ ਹੋ ਗਏ ਮੇਰੇ ਯਾਰ ਥੋੜਾ ਨਾ ਖਿਆਲ ਕਰਿਆ ਕਰੋ ਹਾਈਜੀਨਿਕ ਦਾ ਹਾਈਜੀਨਿਕ ਹੁੰਦਾ ਕਿ ਸਾਫ ਸੁਥਰਾ ਜਰਾ ਤੁਸੀਂ ਸਾਫ ਸੁਥਰੇ ਕੱਪੜੇ ਕਿਵੇਂ ਪਾ ਸਕਦੇ ਵੱਡੇ ਬੇਟੇ ਨੇ ਬੇਵਕੂਫ ਹਾਂਜੀ ਹਾਂਜੀ ਇਹ ਵਕੀਲ ਆ ਕਚਹਿਰੀਆਂ ਚ ਹੁੰਦਾ ਚਲੋ ਜੀ ਬਹਰਲ ਅੱਛਾ ਲੱਗਾ ਤੁਹਾਡਾ ਨਾਮ ਬੜਾ ਸੁਣਿਆ ਤੁਹਾਡੇ ਕੋਲ ਆਏ ਤੁਹਾਡਾ ਕੋਲ ਮਸਾਲਾ ਖਾਧਾ ਬਹੁਤ ਮਜ਼ਾ ਆਇਆ ਜੀ ਖਾ ਪੀ ਕੇ ਬੜੀ ਮਿਹਰਬਾਨੀ ਬਹੁਤ ਅੱਛਾ ਟੇਸਟ ਜੋ ਸੁਣਿਆ ਜੋ ਦੇਖਿਆ ਉਹੀ ਪਾਇਆ ਸਮਾਏ ਇੱਕ ਚੀਜ਼ ਤੋਂ ਤੁਹਾਡੀ ਮਿਹਰਬਾਨੀ ਹੈ ਵੀਡੀਓ ਚ ਲਾਜ਼ਮੀ ਦੱਸਿਆ ਕਰੋ ਕਿ ਤਿਆਰ ਕੌਣ ਕਰਨ ਡਿਆ ਉਹ ਭਾਜੀ ਇਹ ਤਿਆਰ ਕਦੋਂ ਕਰਦਾ ਸੀ ਆਪ ਮਸਾਲਾ ਤਿਆਰ ਕਰਦੇ ਭਾਈ ਤੇ ਸਾਰੇ ਇਹ ਤੁਸੀਂ ਕਿਉਂ ਫਿਰ ਇੱਥੇ ਆਣ ਕੇ ਨਲਾਈ ਦਾ ਕੰਮ ਦੇ ਠੀਕ ਆ ਮਜਾਲ ਹੋਵੇ ਮੈਂ ਤੁਹਾਨੂੰ ਦੱਸਾਂ ਉਹ ਸਾਰੀਆਂ ਉੱਥੇ ਜਾ ਕੇ ਨਾ ਇੱਕ ਦੂਜੇ ਵੱਜੇ ਕਰਾ ਇੰਜੇ ਮੂੰਹ ਚਿੱਬੇ ਹੋ ਗਏ ਜਿਵੇਂ ਦਾ ਆਪਣਾ ਪਾਇਆ ਨੇ ਬਾਹਰ ਟਿੱਕੀਆਂ ਖਾਧੀਆਂ ਵਾ ਵੀ ਮੈਂ ਹੀ ਬਣਾਈਆਂ ਵਾ ਜਦੋਂ ਵੀ ਤੁਹਾਨੂੰ ਚੇਤਾ ਆਇਆ ਨੇ ਚੀਜ਼ਾਂ ਦਾ ਨਾ ਓ ਨਾ ਓ ਨਹੀਂ ਓ ਉਲਟੀ ਨਾ ਕਰੀਓ ਭਾਈ ਪੂਰਾ ਚੌਂਕ ਬੰਦ ਹੋ ਜਾਣਾ ਓ ਨਾ ਤੇਰੇ ਅੰਦਰ ਤਾਂ ਅੱਲਾ ਮਾਫੀ ਦੇ ਇਦਾਂ ਲੱਗਣਾ ਗੱਟਰ ਉੱਛਲ ਗਿਆ ਬਹੁਤ ਚੰਗਾ ਲੱਗਾ ਸ਼ਾਮੀ ਟਿੱਕੀਆਂ ਚਿਕਨ ਟਿੱਕੀਆਂ ਬਰਗਰ ਨਾਨ ਰੋਲ ਬੜੀ ਮਿਹਰਬਾਨੀ ਹਾਂਜੀ ਚਟਨੀਆਂ ਸਲਾਦ
ਕਿਆ ਬਾਤ ਹੈ, ਕਿਆ ਕਹਿਣੇ ਉਸ ਬੜੀ ਮਿਹਰਬਾਨੀ, ਇਜਾਜ਼ਤ ਦਿਓ, ਆਪਣਾ ਖਿਆਲ ਰੱਖਣਾ ਤੁਸੀਂ ਤੇ ਮੈਨੂੰ ਬੜਾ ਅੱਛਾ ਲੱਗਾ, ਮੈਂ ਬਾਹਰ ਆ ਕੇ ਜ਼ਰੂਰ ਦੱਸੂਗਾ ਕਿ ਤੁਸੀਂ ਟੇਸਟ ਬਹੁਤ ਅੱਛਾ ਰੱਖਿਆ। ਸਾਡੀ ਟਿੱਕੀਆਂ ਵਾਲਾ ਸਾਡੀ ਟਿੱਕੀਆਂ ਵਾਲਾ ਖਿਆਲ ਕਾਤੋਂ ਰੱਖਣਾ ਸੀ, ਰੋਣ ਡਏ ਖਵਾਚੇ ਆ ਸੀ, ਅੜੀਆ ਬਾਹਰ ਟਿੱਕੀਆਂ ਖਾਧੀਆਂ ਵਾ, ਦੋ ਰੋਲ ਖਾਧੇ, ਇੱਕ ਬਰਗਰ ਖਾਧਾ, ਦੋ ਕੀਮੇ ਵਾਲੇ ਖਾਧੇ, ਮੇਰਾ ਹਿਸਾਬ ਜੇ ਕੇ ਫੇਰ ਨਿਕਲਣਾ ਮੇਰੇ ਭਰਾ ਨੇ। ਮੈਂ ਇਮਾਨੀ ਗੱਲ ਦੱਸਾਂ, ਹਾਂਜੀ, ਜੇ ਮੈਂ ਸਿਰਫ ਜੋ ਚੌਂਕ ਜੀ ਜਾ ਕੇ ਦੱਸਦਾ ਨਾ ਕਿ ਟਿੱਕੀਆਂ ਇਹ ਬੰਦਾ ਬਣਾਉਣ ਡਿਆ, ਉਸ ਤੋਂ ਮੈਂ ਕੋਈ ਇੱਥੇ ਵੜ ਗਿਆ ਤਾਂ ਫਿਰ ਕਹਿਣਾ ਓਏ ਪਹਾੜੀ ਚੌਂਕ ਹਾਫਿਜ਼ ਜੀ ਦਿੰਦੇ, ਉਹ ਸਾਰੀ ਦੁਨੀਆ ਦੇਖ ਰਹੀ, ਮੈਂ ਰੋਜ਼ਾਨਾ ਇੱਥੇ ਖੜਾ ਹੁੰਦਾ ਵਾ, ਤੂੰ ਕਦੀ ਕਿਤੇ ਆਉਂਦਾ ਵਾ, ਇਹ ਸਾਰੀ ਦੁਨੀਆ ਨੂੰ ਪਤਾ ਟਿੱਕੀਆਂ ਅਸੀਂ ਬਣਾਈ ਦੀਆਂ ਵਾ, ਬਾਹਰ ਟਿੱਕੀਆਂ ਕਿਲੋ ਦਹੀਂ ਦਾ ਰਾਇਤਾ, ਦੋ ਰੋਲ, ਦੋ ਬਰਗਰ, ਇਹਨਾਂ ਦੇ ਪੈਸੇ ਦੇ ਕੇ ਜਿੱਦਾਂ ਮਰਜ਼ੀ ਜਾ, ਕਿੰਨਾ ਬਿੱਲ ਦੱਸਣ, ਬਿੱਲ ਬਿੱਲ ਬਣਾ ਭਾਈ, ਇਹਦਾ ਭਾਈ ਬਾਹਰ ਟਿੱਕੀਆਂ ਦੱਸੋ, ਤੁਸੀਂ ਬਿੱਲ ਦੱਸੋ, 30 ਟਿੱਕੀਆਂ, ਤੁਸੀਂ ਹਿਸਾਬ ਸੁਬ ਲਾਓ ਆਪਸ, ਮੈਨੂੰ ਇਜਾਜ਼ਤ ਦਿਓ, ਹਿਸਾਬ ਲੱਗਾ ਸਾਡੀਆਂ ਗਿਣੀਆਂ ਹੁੰਦੀਆਂ, ਤਾਂ ਤੂੰ ਖਰਾਬ ਕੀਤੀਆਂ ਵਾ, ਕਿੰਨੇ ਪੈਸੇ ਬਣੇ ਮੇਰਾ, 10 ਪੈਸੇ ਹੋ ਗਿਆ, 2200 ਰੁਪਏ ਬਣ ਗਿਆ, 2200 ਬਣਿਆ, ਹਾਂਜੀ, ਲੋ ਜੀ ਰੱਬ ਰੱਖਾ, ਰੱਬ ਰੱਖ ਹੋ ਰਿਹਾ ਭਾਈ, ਹੋ ਰਿਹਾ, ਉਹ ਤਾਂ ਖੜਾ ਹੋ, ਉਹ ਭਾਈ ਆ ਟਿੱਕੀਆਂ ਕਿਹਦੀਆਂ ਸੀ, ਇੱਕ ਤਾਂ ਵਜੂਦ ਇਹਦਾ ਐਡਾ ਮਾਰਨ ਲੱਗੇ, ਡਰ ਲੱਗਦਾ ਅੱਜ ਸਵੇਰ ਮਾਰ ਜਾਣਾ ਸੀ, ਇਹ ਟਿੱਕੀਆਂ ਕਾਹਦੀਆਂ ਤੈਨੂੰ ਪਤਾ, ਇਹ ਭਾਜੀ ਮੈਨੂੰ ਲੱਗਦਾ ਦਾਲ ਤੇ ਸ਼ਾਮੀ ਦੇ ਵਿੱਚ ਪਤਾ ਨਹੀਂ ਕੀ ਪਾਇਆ, ਇਹ ਨਹੀਂ ਮੈਂ ਪੁੱਛਿਆ, ਇਹ ਟਿੱਕੀਆਂ ਸਾਡੀਆਂ ਨੇ, ਅਸੀਂ ਵੇਚਣ ਲਈ ਖੜੇ ਆ ਇੱਥੇ, ਇਹ ਪੈਸੇ ਰੱਖ 2200 ਰੁਪਈਆ, 2200 ਓਏ ਆ ਛੱਡ ਦੇ, ਆ ਗੰਨਾ ਸਮੇਂ ਕਿਨਾ ਚੂਪ ਜਾਈ, ਪੈਸੇ ਰੱਖ ਇੱਥੇ ਵੱਡਾ ਮੁੰਡਾ ਵਜ਼ੀਰ ਆਜ਼ਮ ਲੱਗਾ ਵਾ, ਵੱਡਾ ਮੁੰਡਾ ਤੇ ਮੈਂ ਨਹੀਂ ਕਹਿਣਾ, ਗੱਲ ਸੁਣੋ ਪਤਲੂ, ਪੈਸੇ ਰੱਖ ਇੱਥੇ, ਓਏ ਗੱਲ ਸੁਣੋ ਮੇਰੀ, ਹਾਫ ਬਰਾਊਨ ਮੈਂ ਤੇਰੀ ਇੱਜ਼ਤ ਕਰਨ ਡਿਆ ਵਾ ਭਾਈ, ਓਏ ਹਾਥੀ ਤੋਂ ਛੋਟੇ ਬੱਚੇ, ਢਿੱਡ ਦੇ ਮਲੱਪ ਮਾਰਨਾ, ਇਸ ਬੰਦੇ ਦਾ ਹੱਥ ਦਾ ਪੱਕਿਆ ਖਾ, ਉਹ ਤਾਂ ਠੀਕ ਹੈ, 2200 ਕਹਿੰਦੇ ਨੂੰ 13 ਪਕਾਉਂਦੇ, ਉਹ ਵਰ ਗਿਆ, ਹੁਣ ਟਿੱਕੀਆਂ ਅਸਲ ਦਰਾਜ ਚ ਪਹੁੰਚ ਗਈਆਂ, ਲੈ ਮਾਫੀ ਦੇਵੇ, ਇਹਦੀਆਂ ਟਿੱਕੀਆਂ ਵੀ ਅੰਦਰ ਇਦਾਂ ਕੰਧ ਡਿੱਗ ਪਈ, ਜਿਹੜੇ 2200 ਰੁਪਈਆ ਰੱਖ ਕੇ ਤੈਨੂੰ ਮਰਜ਼ੀ ਜਾ, ਸਾਡਾ ਕੁੜਮ ਨੀ, ਤੂੰ ਦਵਾ ਦਾ ਬਾਣ ਕੇ ਤੇਰਾ ਪ੍ਰਾਹੁਣ ਨਵਾਜ਼ੀ ਕਰੀ, ਉਹ ਭਾਈ ਉਹ ਜਿੰਨੇ ਦੇ ਸਰਾਣੇ, ਓ ਯਾਰ ਉਹ ਗਾਹ ਵੇਖ, ਉਹਨੂੰ ਤੁਸੀਂ ਵੇਖਣਾ ਗਏ ਯਾਰ, ਓਏ ਓਏ